ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਟੀਵੀ ਨਿਊਜ਼ ਉਤੇ ਨੰਗਲ ਦੇ ਲਾਗੇ ਪਿੰਡ ਕਲਿਤਰਾ ਵਿਖੇ ਇਕ ਆਦਮ ਖੋਰ ਕੁੱਤੇ ਨੇ 75 ਸਾਲ ਦੇ ਬਜ਼ੁਰਗ ਉਤੇ ਹਮਲਾ ਕਰਕੇ ਉਸ ਨੂੰ ਕਾਇਲ ਕਰ ਦਿੱਤਾ ਬਜ਼ੁਰਗ ਦੀ ਮੰਨੀਏ ਤਾਂ ਉਹਨਾਂ ਦੇ ਮੁਤਾਬਿਕ ਕੁੱਤਾ ਪਿਟਬੁੱਲ ਨਸਲ ਦਾ ਸੀਗਾ ਜਿਸ ਨੇ ਉਸ ਉਤੇ اچانک ਹਮਲਾ ਕਰ ਦਿੱਤਾ ਤੇ ਉਸ ਨੂੰ ਕਾਇਲ ਕਰ ਦਿੱਤਾ ਉੱਥੇ ਮੌਜੂਦ ਇੱਕ ਔਰਤ ਦੁਆਰਾ ਉਸ ਨੂੰ ਬਚਾਇਆ ਗਿਆ ਬਜ਼ੁਰਗ ਦੀ ਮੰਨੀਏ ਤਾਂ ਉੱਥੇ ਮੌਜੂਦ ਇੱਕ ਔਰਤ ਨੇ ਡੰਡਿਆਂ ਨਾਲ ਕੁੱਤੇ ਨੂੰ ਮਾਰਿਆ ਤੇ ਉਸ ਤੋਂ ਬਾਅਦ ਕੁੱਤੇ ਨੇ ਉਸ ਬਜ਼ੁਰਗ ਨੂੰ ਛੱਡਿਆ ਕੁੱਤੇ ਨੇ ਬਜ਼ੁਰਗ ਉੱਤੇ ਹਮਲਾ ਕਰਕੇ ਉਸ ਦੀ ਲਾਤ ਅਤੇ ਬਾਹ ਨੂੰ ਖਾ ਲਿਆ ਤੇ ਬਜ਼ੁਰਗ ਨੂੰ ਲਹੂ ਲੋਹਾਨ ਕਰ ਦਿੱਤਾ ਜਿਸ ਤੋਂ ਬਾਅਦ ਬਜ਼ੁਰਗ ਨੂੰ ਇਲਾਜ ਲਈ ਸ਼੍ਰੀ ਅਨੰਦਪੁਰ ਸਾਹਿਬ ਸਿਲ ਹਸਪਤਾਲ ਲੈ ਜਾਇਆ ਗਿਆ ਤੇ ਉੱਥੋਂ ਉਹਨਾਂ ਨੂੰ ਬਾਅਦ ਵਿੱਚ ਪੀਜੀਏ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਫਿਲਹਾਲ ਚੰਡੀਗੜ੍ਹ ਉਪਚਾਰ ਤੋਂ ਬਾਅਦ ਬਜ਼ੁਰਗ ਆਪਣੇ ਘਰ ਆ ਗਏ ਨੇ ਜਿੱਥੇ ਗੇੜ ਦੇ ਉੱਪਰ ਕੁੱਤਾ ਵੀ ਜਿਹਾ ਤੈ ਮੈਂ ਮੈਂ ਉਹਨੂੰ ਕੁੱਤੇ ਨੂੰ ਨਹੀਂ ਦੇਖਿਆ ਮੈਂ ਜਿੱਥੇ ਜਾ ਰਿਹਾ ਤਾਂ ਇੱਕ ਦਮ ਉਹ ਮੇਰੇ ਤੇ ਪੈ ਗਿਆ ਕਹਿੰਦੇ ਮੱਤ ਪੈ ਗਿਆ ਉਹ ਮੈਨੂੰ ਲੱਗ ਤੇ ਪਕੜਿਆ ਜਾਤੇ ਪਕੜਿਆ ਬਾਅਦ ਵਿੱਚ ਮੈਂ ਨਿਕਲ ਗਿਆ ਮੈਂ ਜਿੱਦਾਂ ਹੱਥ ਮਾੜੇ ਉੱਤੇ ਮੇਰਾ ਹੱਥ ਫਸ ਗਿਆ ਹੱਥ ਫਸ ਗਿਆ ਹੱਥ ਵਿੱਚ ਜਿਵੇਂ ਫਿਰ ਉਹ ਚੱਲ ਸਰੋਈ ਲੱਤੀਏ ਮਹੂਏ ਲੱਤੀ ਉਹਨਾਂ डंडा ल मैनों कुत्ते मारिया उस तू तो बाद बच्चिया ने मैं चेक कर दिया पाके मैं ले गए पहला आनंदपुर साहब गए आनंदपुर साहब आने बड़ा मिसबेव किया डॉक्टर साहब पूछना करे पूछ गिड़ी करी कुछ नहीं कंडीगढ़ लो तो मैं उन्होंने रिक्वेस्ट की मैनू चंडीगढ़ जाने की जब जब तक पा जब तक तो फिर ट्रीटमेंट नहीं मिली पट्टी पुटी करो तक खून जाया करता और झगड़ा करता जो पता मैं नहीं करता कुछ भी जो, जो भी चढ़ीगढ़ रेफर करता पी जी आई पी जी आई पड़ोसी है ना जी गोली है रविंद्र सैनी की दुकान से आया करते उन्हीं आवाज मारी इन्हों ਉਹ ਕਹਿੰਦੇ ਕਿ ਜਰਾ ਇੱਕ ਮਿੰਟ ਅੰਕਲ ਇੱਧਰ ਆਇਓ ਇਹ ਜਿੱਦੇ ਅੰਦਰ ਬੜੇ ਨਾ ਗੇਟ ਤੇ ਉੱਦੇ ਕੁੱਤੇ ਨੇ ਇਹਨਾਂ ਨੂੰ ਇੱਕਦਮ ਚਪਟਾ ਪਾ ਲਿਆ ਪਹਿਲਾਂ ਤਾਂ ਲੱਤ ਖਾਧੀ ਜੀ ਨੇ ਦੀ ਫੇਰ ਇਹਨਾਂ ਦੇ ਹੱਥ ਖਾ ਲਿਆ ਜੀ ਸਾਰਾ ਹੱਡੀ ਸਾਰੀ ਹੋਈ ਖਾਲੀ ਜੀ ਉਹ ਕੁੱਤਾ ਦਾ ਪੈਟਬੋਲ ਨਸਲ ਦਾ ਦਾ ਜੀ ਪੈਟਬੋਲਤਾ ਜੀ ਫੇਰ ਅਸੀਂ ਮਨਾ ਵੀ ਕੀਤਾ ਇਹਨਾਂ ਨੂੰ ਕਿ ਪੈਟਬੋਲ ਨਾ ਰੱਖੋ ਫੇਰ ਵੀ ਨਹੀਂ ਰੱਖਿਆ ਵਾਦਾ ਉਹਦੇ ਬਾਅਦ ਫਿਰਾਂ ਦੀ ਬੜੀ ਜਠਾਣੀ ਆ ਉਹ ਆਈ ਵਿਚਾਰੀ ਬਾਲਾ ਲੈ ਕੇ ਉਹਨੂੰ ਕੁੱਤੇ ਦੇ ਕੰਨ ਪਰ ਗਰਦਨ ਪਰ ਤਿੰਨ ਚਾਰ ਬਾਲੇ ਮਾਰੇ ਤਾਂ ਕਿ ਦੀ 10-15 ਮਿੰਟ ਬਾਅਦ ਛੁੱਟੇ ਜੀ ਜਾਨ ਦਾ ਖਤਰਾ ਹੋ ਰਿਹਾ ਜਾਨ ਜਾਨ ਤੇ ਜਾਣਤਾ ਜੀ ਨਹੀਂ ਹੁਣ ਤੁਸੀਂ ਦੇਖ ਲਓ ਕਿੰਨੀ ਜਾਨ ਪ੍ਰਾਣਾ ਉਹਨਾਂ ਚ ਇੱਕ ਕਿੰਨੇ ਡੂੰਗੇ ਦੰਦ ਲੱਗੇ ਡੂੰਗੇ ਦਾ ਕਾਫੀ ਲੱਗੇ ਹੋਏ ਜੀ ਕਾਫੀ ਡੂੰਗੇ ਦੰਦ ਹੈ ਜੀ ਛੋੜੇ ਨਹੀਂ ਹੈ ਜੀ ਪਹਿਲਾਂ ਤਾਂ ਆਨੰਦਪੁਰ ਗਏ ਜੀ ਨੰਦਪੁਰ ਵਾਲਿਆਂ ਨੇ ਵੀ ਸਾਨੂੰ ਪ੍ਰੋਪਰਟੀ ਟਰੀਟਮੈਂਟ ਨਹੀਂ ਦਿੱਤਾ ਉਹ ਵੀ ਡਾਕਟਰ ਸਾਹਿਬ ਵੀ ਇਦਾਂ ਦੇ ਦੇ ਜੀ ਚੱਲਦਾ ਫਿਰਦਾ ਕੰਮ ਕਿਤਾ ਉਹ ਕਹਿੰਦਾ ਅਸੀਂ ਇਲਾਜ ਹੀ ਨਹੀਂ ਕਰਨਾ 16 ਤੇ ਚੱਲ ਜਾਓ 16 ਜਗ੍ਹਾ 16 ਜਉ ਨਹੀਂ ਟਾਂਕੇ ਟੁੰਕੇ ਲਾ ਇਹਨਾਂ ਟਾਂਕੇ ਨਹੀਂ ਲਾਏ 30 ਲਾਇ ਜਿਨ੍ਹਾਂ ਦੇ ਇੱਕ ਦੋ ਫਿਰ ਉਹ ਨਹੀਂ ਗਏ ਸਾਡੇ ਕੋਲ ਪ੍ਰੋਪਰ ਇਲਾਜ ਨਹੀਂ ਆ ਇਹਨਾਂ ਦਾ ਇਲਾਜ ਹੈ ਪੀਜੀਆਈ ਪੀਜੀਆਈ ਇਹਨਾਂ ਦਾ ਆਪਰੇਸ਼ਨ ਹੋਣਾ ਇਹਨਾਂ ਦੇ ਰੌੜ ਪੈਣੀ ਫਿਰ ਪੀਜੀਆਈ ਲੈ ਆ ਕਹਿੰਨਾਂ ਨੂੰ ਤਾਂ ਇਹਨਾਂ ਦਾ ਹੋ ਗਿਆ ਆਪਰੇਸ਼ਨ ਕੀਤਾ ਜੀ ਪਰ ਇਹ ਕਰਦੇ ਕਿ ਜਿਨ੍ਹਾਂ ਨੇ ਇੱਕ ਉੱਤੇ ਰੱਖਿਆ ਉਹ ਜਿਹੜੀ ਬੰਦੀ ਕਾਰਵਾਈ ਉਹ ਕੀਤੀ ਜਾਵੇ ਜੀ ਇਹ ਕੁੱਤੇ ਹੀ ਬੰਦ ਕੀਤੇ ਜਾਵੇ ਕਿ ਪੁਲਿਸ ਰਿਪੋਰਟ ਹੋਈ ਵੀ ਹੈ ਜੀ ਪੁਲਿਸ ਨੇ ਆਜ ਤੱਕ ਸਾਡੇ ਕੋਲ ਇੱਕ ਵਾਰੀ ਆਇਆ ਤੇ ਪੀਜੀਆਈ ਉੱਤੇ ਬਿਆਨ ਲੈ ਗਏ ਜੀ ਦੁਬਾਰਾ ਆਜੇ ਤੱਕ ਆਏ ਨਹੀਂ ਸਾਡੇ ਕੋਲ ਬਿਲਕੁਲ ਅਸੀਂ ਚਾਹਦੇ ਹਾਂ ਜੀ ਇਹ ਕਰਾਈ ਬਿਲਕੁਲ ਉਸੋ ਬਿਲਕੁਲ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੀ ਜੀ ਜੋ ਵੀ ਉਹਨਾਂ ਦਾ ਬੰਦੀ ਕਾਰਵਾਈ ਆ ਉਹ ਕੀਤੀ ਫਿਲਹਾਲ ਪੁਲਿਸ ਨੇ ਵੀ ਇਸ ਮਾਮਲੇ ਤੇ ਚੁੱਪੀ ਸਾਦੀ ਹੈ ਪੰਜਾਬ ਟੀਵੀ ਨਿਊਜ਼ ਬਿਊਰੋ